ਸਤਿ ਸ਼੍ਰੀ ਅਕਾਲ ਜੀ ਹਾਜ਼ਰ ਹੋ ਚੁੱਕੇ ਤੁਹਾਡੀ ਆਪਣੀ ਦੋਸਤ CSTV ਤੇ ਇੱਕ ਨਵੀਂ ਕਹਾਣੀ ਦੇ ਨਾਲ ਤੇ ਆਓ ਜੀ ਕਹਾਣੀ ਦਾ ਆਗਾਜ਼ ਕਰਨੇ ਆ ਤੇ ਵੇਖਨੇ ਆ ਕਿ ਇਸ ਕਹਾਣੀ ਨਾਲ ਸਾਨੂੰ ਕੀ ਸਿੱਖਣ ਨੂੰ ਮਿਲਦਾ ਹੈ ਜੀ ਅੱਜ ਦੀ ਸਾਡੀ ਕਹਾਣੀ ਦਾ ਸ਼ੀਰਸ਼ਕ ਹੈਗਾ ਵੇ ਸਵਪਨ ਕਕਸ਼ ਤੇ ਆਓ ਜਾਣਨੇ ਆ ਕੀ ਹੈ ਇਹਦੇ ਵਿੱਚ ਖਾਸ ਇੱਕ ਵਾਰ ਜੀ ਇੱਕ ਬਹੁਤ ਹੀ ਮਿਹਨਤੀ ਇਮਾਨਦਾਰੀ ਲੜਕਾ ਸੀ ਜੋ ਆਪਣੇ ਪੂਰੇ ਪਰਿਵਾਰ ਦਾ ਬਹੁਤ ਹੀ ਜ਼ਿਆਦਾ ਕਹਿਣਾ ਮੰਨਦਾ ਸੀ ਹਰ ਇੱਕ ਦਾ ਮਾਨ ਸਨਮਾਨ ਸਭ ਕਰਦਾ ਸੀ ਤੇ ਸਾਰੇ ਰਿਸ਼ਤੇਦਾਰ ਉਹਦੇ ਪੜੋਸੀ ਉਹਨੂੰ ਬਹੁਤ ਹੀ ਪਿਆਰ ਕਰਦੇ ਸੀ ਉਸ ਮੁੰਡੇ ਦੇ ਬਹੁਤ ਹੀ ਜ਼ਿਆਦਾ ਸੁਪਨੇ ਸੀ ਕਿ ਮੈਂ ਬਹੁਤ ਵੱਡਾ ਬੰਨਾ ਹੈ ਮੈਂ ਆਲੀਸ਼ਾਨ ਘਰ ਲੈਣਾ ਵੇ ਮੈਂ ਇਸ ਪਦ ਦਾ ਅਧਿਕਾਰੀ ਬੰਨਾ ਵੇ ਬਹੁਤ ਸੁਪਨੇ ਸੀ ਉਹ ਲਗਾਤਾਰ ਜੀ ਮਿਹਨਤ ਕਰਦਾ ਗਿਆ ਬਹੁਤ ਉਹਨੇ ਉਚਾਈਆਂ ਨੂੰ ਛੂਹਣ ਦੀ ਮਿਹਨਤ ਕੀਤੀ ਲੇਕਿਨ ਉਹ ਹਰ ਵਾਰ ਅਸਫਲ ਹੁੰਦਾ ਇਸ ਨਾਲ ਉਹ ਬਹੁਤ ਹੀ ਨਿਰਾਸ਼ਾ ਨਾਲ ਭਰ ਜਾਂਦਾ ਪਰ ਜੀ ਉਹ ਆਪਣੀ ਅਸਫਲਤਾ ਨੂੰ ਵੀ ਹੱਥ 'ਚ ਲੈ ਕੇ ਅੱਗੇ ਵਧਦਾ ਰਿਹਾ ਤੇ ਅੱਗੇ ਵਧਦੇ ਵਧਦੇ ਜਿੰਨਾ ਉਹ ਅੱਗੇ ਜਾ ਸਕਿਆ ਉਹ ਗਿਆ ਲੇਕਿਨ ਫਿਰ ਵੀ ਜੀ ਉਹਨੂੰ ਕੀ ਅਸਫਲਤਾ ਦਾ ਹੀ ਸਾਹਮਣਾ ਕਰਨਾ ਪਿਆ ਇੱਕ ਵਾਰ ਕੀ ਹੋਇਆ ਜੀ ਉਹ ਟੁੱਟ ਹਾਰ ਗਿਆ ਉਹਨੇ ਮਿਹਨਤ ਕਰਨੀ ਛੱਡ ਦਿੱਤੀ ਦਿਨ ਬੀਤਦੇ ਗਏ ਦਿਨ ਬੀਤਦੇ ਬੀਤਦੇ ਜੀ ਉਹਦਾ ਜਿਹੜਾ ਜੀਵਨ ਹੈ ਉਹ ਐਂਡ ਤੱਕ ਆ ਗਿਆ ਯਾਨੀ ਕਿ ਜੋ ਕਾਲ ਚੱਕਰ ਦੇ ਵਿੱਚ ਚਲਾ ਗਿਆ ਉਹਨੇ ਆਪਣੇ ਜੀਵਨ ਦਾ ਸਾਰਾ ਸਫ਼ਰ ਤੈਅ ਕਰ ਲਿੱਤਾ ਤੇ ਜਦੋਂ ਉੱਪਰ ਗਿਆ ਤੇ ਉਹਨੇ ਵੇਖਿਆ ਬਹੁਤ ਹੀ ਵਧੀਆ ਦ੍ਰਿਸ਼ ਸੀ ਤੇ ਉਹਨੇ ਦੇਵਦੂਤ ਨੂੰ ਪੁੱਛਿਆ ਕਿ ਇਹ ਕੀ ਹੈ ਦੇਵਦੂਤ ਨੇ ਉਹਨੂੰ ਦੱਸਿਆ ਇਹ ਸਵਰਗ ਲੋਕ ਹੈ ਤੂੰ ਬਹੁਤ ਹੀ ਚੰਗਾ ਕੰਮ ਕੀਤਾ ਧਰਤੀ ਤੇ ਸਭ ਦਾ ਕਹਿਣਾ ਮੰਨਿਆ ਸਭ ਦਾ ਮਾਨ ਸਨਮਾਨ ਕੀਤਾ ਤਾਂ ਹੀ ਤੈਨੂੰ ਸਵਰਗ ਦੇ ਵਿੱਚ ਥਾਂ ਮਿਲੀ ਹੈ ਤੇ ਜੀ ਦੇਵਦੂਤ ਨੇ ਉਹਨੂੰ ਸਾਰੀ ਜਗ੍ਹਾ ਵਿਖਾਈ ਬਹੁਤ ਵਧੀਆ ਵਧੀਆ ਉੱਥੇ ਘਰ ਬਹੁਤ ਵਧੀਆ ਵਧੀਆ ਕਮਰੇ ਉਹਨੇ ਸਾਰੇ ਕਮਰੇ ਉਹਨੂੰ ਵਿਖਾਏ ਇੱਕ ਕਮਰੇ ਦੀ ਔਰ ਉਹਨੂੰ ਲੈ ਕੇ ਜਾ ਰਿਹਾ ਸੀ ਉਹਦਾ ਨਾਂ ਉੱਥੇ ਲਿਖਿਆ ਹੋਇਆ ਸੀ ਸਵਪਨ ਕਕਸ਼ ਜਦੋਂ ਅੰਦਰ ਵੜਿਆ ਤੇ ਉਹ ਮੁੰਡੇ ਨੇ ਪੁੱਛਿਆ ਕਿ ਇਹ ਕੀ ਉਹਨੇ ਕਿਹਾ ਸਵਪਨ ਕਕਸ਼ ਹੈਗਾ ਵੇ ਉਹ ਜਦੋਂ ਅੰਦਰ ਗਿਆ ਉਹਨੇ ਵੇਖਿਆ ਜੋ ਜੋ ਉਹਦੇ ਧਰਤੀ ਲੋਕ ਦੇ ਸੁਪਨੇ ਸੀ ਨਾ ਉਹਦੇ ਛੋਟੇ ਛੋਟੇ ਪ੍ਰਤੀਰੂਪ ਉਹਦੇ ਰੱਖੇ ਹੋਏ ਸੀ ਆਲੀਸ਼ਾਨ ਘਰ ਬਹੁਤ ਵਧੀਆ ਕਾਰ ਸਭ ਕੁਛ ਉਹਦੇ ਛੋਟੇ ਛੋਟੇ ਪ੍ਰਤੀਰੂਪ ਦੇ ਵਿੱਚ ਰੱਖਿਆ ਹੋਇਆ ਸੀ ਉਹ ਮੁੰਡੇ ਕੋਲ ਰੋਕਿਆ ਨਹੀਂ ਗਿਆ ਉਹਨੇ ਦੇਵਦੂਤ ਨੂੰ ਪੁੱਛ ਹੀ ਲਿਆ ਕਿ ਵੀ ਇਹ ਇੱਥੇ ਕਿਉਂ ਰੱਖਿਆ ਹੋਇਆ ਵੇ ਫਿਰ ਦੇਵਦੂਤ ਨੇ ਉਹਨੂੰ ਦੱਸਿਆ ਕਿ ਧਰਤੀ ਤੇ ਜਿੰਨੇ ਵੀ ਲੋਕ ਹੁੰਦੇ ਨੇ ਨਾ ਉਹਨਾਂ ਦੇ ਸਾਰੇ ਸੁਪਨੇ ਹੁੰਦੇ ਨੇ ਤੇ ਸਾਰੇ ਸੁਪਨਿਆਂ ਦੇ ਪ੍ਰਤੀਰੂਪ ਆਪਾਂ ਇੱਥੇ ਰੱਖਨੇ ਹਾਂ ਇਹ ਕੁਛ ਪ੍ਰਤੀਰੂਪ ਨੇ ਜੋ ਕਿ ਤੇਰੇ ਸੁਪਨੇ ਦੇ ਸੀ ਪੂਰਾ ਬ੍ਰਹਿਮੰਡ ਪੂਰੀ ਕੋਸ਼ਿਸ਼ ਕਰਦਾ ਵੇ ਜੋ ਵੀ ਮਾਨਵ ਦੇ ਸੁਪਨੇ ਹੁੰਦੇ ਨੇ ਨਾ ਉਹ ਪੂਰੇ ਹੋਣ ਤੇ ਉਹ ਉਹਦੀ ਤਿਆਰੀ ਵੀ ਕਰ ਲੈਂਦਾ ਵੇ ਬਸ ਗੱਲ ਕਿੱਥੇ ਆ ਕੇ ਰੁਕ ਜਾਂਦੀ ਹੈ ਮਾਨਵ ਦੀ ਮਿਹਨਤ ਤੇ ਜੇਕਰ ਮਿਹਨਤ ਕਰਦਾ ਜਾਏਗਾ ਤੇ ਉਹਦੇ ਇਹ ਸੁਪਨੇ ਜ਼ਰੂਰ ਪੂਰੇ ਹੁੰਦੇ ਜਾਣਗੇ ਤੇ ਜੇਕਰ ਤੂੰ ਵੀ ਨਿਰਾਸ਼ ਨਾ ਹੁੰਦਾ ਔਰ ਮਿਹਨਤ ਕਰਦਾ ਰਹਿੰਦਾ ਤੇ ਫਿਰ ਤੇਰਾ ਵੀ ਸੁਪਨਾ ਜ਼ਰੂਰ ਪੂਰਾ ਹੁੰਦਾ ਉੱਪਰ ਤੇ ਦੇਖੋ ਸਾਰੀ ਤਿਆਰੀਆਂ ਹੋ ਰੱਖੀਆਂ ਸੀ ਲੇਕਿਨ ਉਸ ਤੇ ਜਿਹੜਾ ਉਹ ਮੁੰਡਾ ਸੀ ਜੇ ਉਹ ਮਿਹਨਤ ਕਰਦਾ ਜਾਂਦਾ ਆਪਣੇ ਆਪ ਨੂੰ ਨਿਰਾਸ਼ਾ ਵੱਲ ਨਾ ਲੈ ਕੇ ਜਾਂਦਾ ਤੇ ਉਹਦੇ ਸੁਪਨੇ ਵੀ ਜ਼ਰੂਰ ਪੂਰੇ ਹੁੰਦੇ ਇਸ ਲਈ ਜੀ ਕਦੀ ਵੀ ਨਿਰਾਸ਼ਾ ਵੱਲ ਨਾ ਜਾਓ ਤੇ ਜੀ ਉਸ ਮੁੰਡੇ ਨੂੰ ਤੇ ਆਪਣੇ ਜੀਵਨ ਕਾਲ ਦੇ ਵਿੱਚ ਕੀਤੀ ਹੋਈ ਗਲਤੀ ਦਾ ਅਹਿਸਾਸ ਹੋ ਗਿਆ ਕਿ ਜੇ ਮੈਂ ਮਿਹਨਤ ਕਰਨਾ ਨਾ ਛੱਡਦਾ ਤੇ ਉਹ ਸੁਪਨੇ ਮੈਂ ਜ਼ਰੂਰ ਪੂਰੇ ਕਰ ਲੈਂਦਾ ਤੇ ਇਹਦੇ ਨਾਲ ਜੀ ਸਾਨੂੰ ਕੀ ਸਿੱਖਿਆ ਮਿਲਦੀ ਹੈ ਇਹਦੇ ਨਾਲ ਇਹੀ ਸਿੱਖਿਆ ਮਿਲਦੀ ਹੈ ਕਿ ਸਾਨੂੰ ਜ਼ਿੰਦਗੀ ਦੇ ਵਿੱਚ ਜਿੰਨੀ ਵੀ ਅਸਫਲਤਾ ਦਾ ਸਾਹਮਣਾ ਕਰਨਾ ਪਵੇ ਕਰੋ ਨਿਰਾਸ਼ ਕਦੀ ਨਾ ਹੋਵੋ ਕੀ ਪਤਾ ਅਸਫਲਤਾ ਜਿਹੜੀ ਤੁਹਾਡੇ ਇਸ ਵਾਰ ਤੁਹਾਨੂੰ ਮਿਲੀ ਹੈ ਅਗਲੀ ਵਾਰ ਉਹ ਨਾ ਮਿਲੇ ਅਗਲੀ ਵਾਰ ਤੁਹਾਨੂੰ ਸਫਲਤਾ ਮਿਲੇ ਦ੍ਰਿੜ ਨਿਸ਼ਚੇ ਦੇ ਨਾਲ ਜੇ ਮਿਹਨਤ ਕਰਦੇ ਜਾਓ ਤੁਹਾਨੂੰ ਜ਼ਰੂਰ ਸਫਲਤਾ ਮਿਲੇਗੀ ਇਸੇ ਮੈਸੇਜ ਦੇ ਨਾਲ ਜੀ ਹੁਣ ਤੁਸੀਂ ਮੈਨੂੰ ਦਿਓ ਇਜਾਜ਼ਤ ਫਿਰ ਮਿਲਾਂਗੇ ਇੱਕ ਨਵੀਂ ਕਹਾਣੀ ਦੇ ਨਾਲ YES TV ਤੇ ਆਪਣਾ ਰੱਖਿਓ ਖਿਆਲ ਵੇਖਦੇ ਰਹੋ ਤੇ ਮੁਸਕੁਰਾਉਂਦੇ ਰਹੋ ਸਤਿ ਸ਼੍ਰੀ ਅਕਾਲ